ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਰੁਪਿੰਦਰ ਹਾਂਡਾ ਇੱਕ ਅਜਿਹੀ ਪੰਜਾਬੀ ਫੀਮੇਲ ਵੋਕਲਿਸਟ ਜੋ ਕਿ ਆਪਣੇ ਗਾਏ ਹੋਏ ਗੀਤਾਂ ਦੇ ਕਰਕੇ ਉਹਨਾਂ ਦੇ ਫੈਨਸ ਦੇ ਵਿੱਚ ਖੂਬ ਚਰਚਾ 'ਚ ਰਹਿੰਦੀ ਹੈ। ਰੁਪਿੰਦਰ ਹਾਂਡਾ ਕੁਝ ਕੁ ਦਿਨਾਂ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸੈਡ ਸਟੇਟਸ ਸ਼ੇਅਰ ਕਰ ਰਹੇ ਸਨ, ਜਿਸ ਤੋਂ ਬਾਅਦ ਰੁਪਿੰਦਰ ਹਾਂਡਾ ਦੇ ਫੈਨਸ ਇਹਨਾਂ ਨੂੰ ਪੁੱਛਿਆ ਕਿ ਉਹ ਕਿਉਂ ਇਹ ਸੈਡ ਸਟੇਟਸ ਸ਼ੇਅਰ ਕਰ ਰਹੇ, ਤੇ ਉਸਦਾ ਜਵਾਬ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਦਿੱਤਾ। ਹਾਲ ਹੀ 'ਚ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਸੈਡ ਸਟੇਟਸ ਸ਼ੇਅਰ ਕੀਤਾ। ਚਿੱਠੀ ਨਾ ਕੋਈ ਸੰਦੇਸ਼, ਜਾਣੇ ਵੋ ਕੌਣ ਸਾ ਦੇਸ਼, ਜਹਾਂ ਤੁਮ ਚਲੇ ਗਏ। ਜਿਸ ਤੋਂ ਬਾਅਦ ਉਸਦੇ ਫੈਨ ਨੇ ਪੁੱਛਿਆ ਕਿ ਕਿਉਂ ਇੰਨੇ ਸੈਡ ਸਟੇਟਸ ਸ਼ੇਅਰ ਕਰ ਰਹੇ ਨੇ, ਤਾਂ ਦੇਖੋ ਰੁਪਿੰਦਰ ਹਾਂਡਾ ਨੇ ਇਸ ਤੇ ਕਿੱਦਾਂ ਤੇ ਕੀ ਜਵਾਬ ਦਿੱਤਾ। ਆਈ ਗੋਟ ਸੋ ਮੈਨੀ ਮੈਸੇਜਸ ਕਿ ਅੱਜ ਕੱਲ੍ਹ ਬੜੇ ਸੈਡ ਸੌਂਗ ਗਾਏ ਜਾ ਰਹੇ ਹੈ, ਔਰ ਸਨੈਪਸ 'ਤੇ ਬੜੇ ਸੈਡ ਸੈਡ ਯੂ ਨੋ ਸਟੇਟਸ ਆ ਰਹੇ ਹੈ। ਸੋ ਨਥਿੰਗ ਲਾਈਕ ਦੈਟ, ਕੁਛ ਇੱਦਾਂ ਦਾ ਨਹੀਂ ਹੈਗਾ ਕਿ ਆਈ ਐਮ ਸੈਡ। ਕਿਉਂ ਯਾਦਵ, ਐਮ ਆਈ ਸੈਡ? ਸੋ ਤੁਹਾਨੂੰ ਕੀ ਲੱਗਦਾ ਕਿ ਰੁਪਿੰਦਰ ਹਾਂਡਾ ਨੇ ਕਿਉਂ ਸ਼ੇਅਰ ਕੀਤੇ ਇਹ ਸੈਡ ਸਟੇਟਸ, ਤੇ ਉਸ ਤੋਂ ਬਾਅਦ ਰੁਪਿੰਦਰ ਹਾਂਡਾ ਦੇ ਦਿੱਤੇ ਗਏ ਜਵਾਬ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ YouTube ਚੈਨਲ ਸਵੇਰਾ ਸਟਾਰਟਅਪਸ।